ਲਾਰੈਂਸ ਗੈਂਗ ਤੋਂ ਬਾਅਦ ਹੁਣ ਕੌਸ਼ਲ ਗੈਂਗ ਦੇ ਵੱਲੋਂ ਦਹਿਸ਼ਤ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਕੌਸ਼ਲ ਗੈਂਗ ਦੇ ਗੁਰਗਿਆਂ ਦੇ ਵੱਲੋਂ ਇੱਕ ਹੋਟਲ 'ਚ ਫਾਇਰਿੰਗ ਕੀਤੀ ਗਈ ਹੈ। ਦਰਅਸਲ ਇਸ ਫਾਇਰਿੰਗ ਕਰਨ ਦਾ ਮੰਤਵ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਹੋਟਲ ਮਾਲਕ ਤੋਂ 5 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ ਅਤੇ ਰੰਗਦਾਰੀ ਨਾ ਦੇਣ ਦੀ ਸੂਰਤ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੋਟਲ ਦੇ ਵਿੱਚ ਵੜ ਕੇ ਇਹਨਾਂ ਗੁਰਗਿਆਂ ਦੇ ਵੱਲੋਂ ਫਾਇਰਿੰਗ ਕੀਤੀ ਹੈ ਅਤੇ ਘਟਨਾ CCTV 'ਚ ਕੈਦ ਹੋਈ ਹੈ। ਦੋ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਖਬਰ ਰਾਜਸਥਾਨ ਤੋਂ ਸਾਹਮਣੇ ਆ ਰਹੀ ਹੈ। ਰਾਜਸਥਾਨ ਦੇ ਵਿੱਚ ਹੁਣ ਕੌਸ਼ਲ ਗੈਂਗ ਦੀ ਦਹਿਸ਼ਤ ਹੈ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਕੌਸ਼ਲ ਗੈਂਗ ਹਰਿਆਣੇ ਦਾ ਦੱਸਿਆ ਜਾ ਰਿਹਾ। ਹਰਿਆਣੇ ਦੇ ਵਿੱਚ ਜਿੱਥੇ ਇਸ ਦੀ ਦਹਿਸ਼ਤ ਸੀ ਉੱਥੇ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਕੌਸ਼ਲ ਗੈਂਗ ਦੇ ਵੱਲੋਂ ਦਹਿਸ਼ਤ ਫੈਲਾਈ ਗਈ ਸੀ ਅਤੇ ਹੁਣ ਕੌਸ਼ਲ ਗੈਂਗ ਰਾਜਸਥਾਨ ਦੇ ਵਿੱਚ ਵੀ ਐਕਟਿਵ ਹੋ ਗਿਆ। ਤਾਂ ਰਾਜਸਥਾਨ ਦੇ ਵਿੱਚ ਕੌਸ਼ਲ ਗੈਂਗ ਦੀ ਦਹਿਸ਼ਤ ਦੇਖਣ ਨੂੰ ਮਿਲੀ ਹੈ। ਇੱਕ ਹੋਟਲ ਦੇ ਬਾਹਰ ਫਾਇਰਿੰਗ ਕਰਵਾਈ ਗਈ ਹੈ ਅਤੇ 5 ਕਰੋੜ ਰੁਪਏ ਦੀ ਹੋਟਲ ਦੇ ਮਾਲਕ ਤੋਂ ਰੰਗਦਾਰੀ ਮੰਗੀ ਗਈ ਹੈ। ਹਾਲਾਂਕਿ ਜੇਕਰ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਵਿੱਚ ਲਾਰੈਂਸ ਗੈਂਗ ਦਾ ਸਿੱਕਾ ਚੱਲਦਾ ਸੀ ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਉੱਥੇ ਕੌਸ਼ਲ ਗੈਂਗ ਦੇ ਵੱਲੋਂ ਵੀ ਦਹਿਸ਼ਤ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕੌਸ਼ਲ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਚਕਾਰ 36 ਦਾ ਅੰਕੜਾ ਹੈ ਅਤੇ ਇਸੇ ਵਿਚਕਾਰ ਹੁਣ ਰਾਜਸਥਾਨ ਦੇ ਵਿੱਚ ਵੀ ਕੌਸ਼ਲ ਗੈਂਗ ਪਹੁੰਚ ਚੁੱਕਾ ਹੈ ਅਤੇ ਉਹਨਾਂ ਦੇ ਵੱਲੋਂ ਦਹਿਸ਼ਤ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਤਾਂ ਦੋ ਗੈਂਗਸਟਰਾਂ ਨੇ ਇੱਕ ਹੋਟਲ ਦੇ ਵਿੱਚ ਫਾਇਰਿੰਗ ਕੀਤੀ ਹੈ। ਜੈਪੁਰ ਦਿੱਲੀ ਹਾਈਵੇ 'ਤੇ ਇਹ ਹੋਟਲ ਪੈਂਦਾ ਹੈ। ਗੈਂਗਸਟਰਾਂ ਦੇ ਵੱਲੋਂ ਅੰਦਰ ਵੜ ਕੇ ਕਰੀਬ 20 ਰਾਊਂਡ ਗੋਲੀਆਂ ਚਲਾਈਆਂ ਗਈਆਂ ਨੇ। ਗੈਂਗਸਟਰਾਂ ਨੇ ਹੋਟਲ ਮਾਲਕ ਤੋਂ 5 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਹੈ। ਫਾਇਰਿੰਗ ਦੀ ਘਟਨਾ CCTV ਦੇ ਵਿੱਚ ਕੈਦ ਹੋ ਗਈ ਹੈ ਅਤੇ ਪੁਲਿਸ ਨੇ ਕੇਸ ਦਰਜ ਕਰਕੇ ਗੈਂਗਸਟਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਇਲਾਕੇ ਦੇ ਵਿੱਚ ਨਾਕਾਬੰਦੀ ਕਰਵਾਈ ਗਈ, ਪਰ ਹਾਲੇ ਤੱਕ ਪੁਲਿਸ ਦੇ ਹੱਥ ਬਿਲਕੁਲ ਖਾਲੀ ਦੱਸੇ ਜਾ ਰਹੇ ਨੇ। ਕੌਸ਼ਲ ਗੈਂਗ ਦੇ ਇਹ ਗੁਰਗੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਰਾਜਸਥਾਨ ਦੇ ਵਿੱਚ ਇੱਕ ਹੋਟਲ 'ਤੇ ਫਾਇਰਿੰਗ ਕਰਵਾਈ ਅਤੇ 5 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ। ये सुबह सुबह लगभग 6 बजे एक होटल जो हाईवे किंग है यहाँ पर फायरिंग की सूचना मिली। इस पे हमारी जो पूरी पुलिस की टीम है वो यहाँ पर आ गई है, घटनास्थल का अवलोकन कर लिया है। अवलोकन करने के बाद अब हमारी जो टीम है इसमें लोगों को आइडेंटिफाई करके और दस्तियाबी के लिए पूरे तरीके से प्रयास कर रहे हैं। मैडम, कुछ पता चला है कितने बंदे थे, क्या था? दो लोग आए थे, बाइक पर आए थे और उसके बाद इस प्रकार से घटना को अंजाम देके गए हैं। एक्सटॉर्शन से संबंधित मामला नज़र में आ रहा है। बाकी की जो डिटेल्स हैं वो पूरी डेवलप करने के बाद आप लोगों के साथ शेयर कर दी जाएगी। मैडम, फायरिंग तो बहुत ज़्यादा ही हुई है, सभी दुकानों के ऊपर लगभग टीम्स हैं वो इसके ऊपर काम कर रही है और जल्दी घटना को खोल के अग्रिम जो भी सूचना होगी वो आप लोगों के साथ शेयर कर दी जाएगी। ਲਾਰੈਂਸ ਗੈਂਗ ਤੋਂ ਬਾਅਦ ਹੁਣ ਕੌਸ਼ਲ ਗੈਂਗ ਦੇ ਵੱਲੋਂ ਦਹਿਸ਼ਤ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਕੌਸ਼ਲ ਗੈਂਗ ਦੇ ਗੁਰਗਿਆਂ ਦੇ ਵੱਲੋਂ ਇੱਕ ਹੋਟਲ 'ਚ ਫਾਇਰਿੰਗ ਕੀਤੀ ਗਈ ਹੈ। ਦਰਅਸਲ ਇਸ ਫਾਇਰਿੰਗ ਕਰਨ ਦਾ ਮੰਤਵ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਹੋਟਲ ਮਾਲਕ ਤੋਂ 5 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ ਅਤੇ ਰੰਗਦਾਰੀ ਨਾ ਦੇਣ ਦੀ ਸੂਰਤ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੋਟਲ ਦੇ ਵਿੱਚ ਵੜ ਕੇ ਇਹਨਾਂ ਗੁਰਗਿਆਂ ਦੇ ਵੱਲੋਂ ਫਾਇਰਿੰਗ ਕੀਤੀ ਹੈ ਅਤੇ ਘਟਨਾ CCTV 'ਚ ਕੈਦ ਹੋਈ ਹੈ। ਦੋ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਖਬਰ ਰਾਜਸਥਾਨ ਤੋਂ ਸਾਹਮਣੇ ਆ ਰਹੀ ਹੈ। ਰਾਜਸਥਾਨ ਦੇ ਵਿੱਚ ਹੁਣ ਕੌਸ਼ਲ ਗੈਂਗ ਦੀ ਦਹਿਸ਼ਤ ਹੈ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਕੌਸ਼ਲ ਗੈਂਗ ਹਰਿਆਣੇ ਦਾ ਦੱਸਿਆ ਜਾ ਰਿਹਾ। ਹਰਿਆਣੇ ਦੇ ਵਿੱਚ ਜਿੱਥੇ ਇਸ ਦੀ ਦਹਿਸ਼ਤ ਸੀ ਉੱਥੇ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਕੌਸ਼ਲ ਗੈਂਗ ਦੇ ਵੱਲੋਂ ਦਹਿਸ਼ਤ ਫੈਲਾਈ ਗਈ ਸੀ ਅਤੇ ਹੁਣ ਕੌਸ਼ਲ ਗੈਂਗ ਰਾਜਸਥਾਨ ਦੇ ਵਿੱਚ ਵੀ ਐਕਟਿਵ ਹੋ ਗਿਆ। ਤਾਂ ਰਾਜਸਥਾਨ ਦੇ ਵਿੱਚ ਕੌਸ਼ਲ ਗੈਂਗ ਦੀ ਦਹਿਸ਼ਤ ਦੇਖਣ ਨੂੰ ਮਿਲੀ ਹੈ। ਇੱਕ ਹੋਟਲ ਦੇ ਬਾਹਰ ਫਾਇਰਿੰਗ ਕਰਵਾਈ ਗਈ ਹੈ ਅਤੇ 5 ਕਰੋੜ ਰੁਪਏ ਦੀ ਹੋਟਲ ਦੇ ਮਾਲਕ ਤੋਂ ਰੰਗਦਾਰੀ ਮੰਗੀ ਗਈ ਹੈ। ਹਾਲਾਂਕਿ ਜੇਕਰ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਵਿੱਚ ਲਾਰੈਂਸ ਗੈਂਗ ਦਾ ਸਿੱਕਾ ਚੱਲਦਾ ਸੀ ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਉੱਥੇ
ਕੌਸ਼ਲ ਗੈਂਗ ਦੇ ਵੱਲੋਂ ਵੀ ਦਹਿਸ਼ਤ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕੌਸ਼ਲ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਚਕਾਰ 36 ਦਾ ਅੰਕੜਾ ਅਤੇ ਇਸੇ ਵਿਚਕਾਰ ਹੁਣ ਰਾਜਸਥਾਨ ਦੇ ਵਿੱਚ ਵੀ ਕੌਸ਼ਲ ਗੈਂਗ ਪਹੁੰਚ ਚੁੱਕਾ ਹੈ ਅਤੇ ਉਹਨਾਂ ਦੇ ਵੱਲੋਂ ਦਹਿਸ਼ਤ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਤਾਂ ਦੋ ਗੈਂਗਸਟਰਾਂ ਨੇ ਇੱਕ ਹੋਟਲ ਦੇ ਵਿੱਚ ਫਾਇਰਿੰਗ ਕੀਤੀ ਹੈ। ਜੈਪੁਰ ਦਿੱਲੀ ਹਾਈਵੇ 'ਤੇ ਇਹ ਹੋਟਲ ਪੈਂਦਾ ਹੈ। ਗੈਂਗਸਟਰਾਂ ਦੇ ਵੱਲੋਂ ਅੰਦਰ ਵੜ ਕੇ ਕਰੀਬ 20 ਰਾਊਂਡ ਗੋਲੀਆਂ ਚਲਾਈਆਂ ਗਈਆਂ ਨੇ। ਗੈਂਗਸਟਰਾਂ ਨੇ ਹੋਟਲ ਮਾਲਕ ਤੋਂ 5 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਹੈ। ਫਾਇਰਿੰਗ ਦੀ ਘਟਨਾ CCTV ਦੇ ਵਿੱਚ ਕੈਦ ਹੋ ਗਈ ਹੈ ਅਤੇ ਪੁਲਿਸ ਨੇ ਕੇਸ ਦਰਜ ਕਰਕੇ ਗੈਂਗਸਟਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਇਲਾਕੇ ਦੇ ਵਿੱਚ ਨਾਕਾਬੰਦੀ ਕਰਵਾਏਗੀ, ਪਰ ਹਾਲੇ ਤੱਕ ਪੁਲਿਸ ਦੇ ਹੱਥ ਬਿਲਕੁਲ ਖਾਲੀ ਦੱਸੇ ਜਾ ਰਹੇ ਨੇ। ਕੌਸ਼ਲ ਗੈਂਗ ਦੇ ਇਹ ਗੁਰਗੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਰਾਜਸਥਾਨ ਦੇ ਵਿੱਚ ਇੱਕ ਹੋਟਲ 'ਤੇ ਫਾਇਰਿੰਗ ਕਰਵਾਈ ਅਤੇ 5 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ। ये सुबह सुबह लगभग 6 बजे एक होटल जो हाईवे किंग है यहाँ पर फायरिंग की सूचना मिली। इस पे हमारी जो पूरी पुलिस की टीम है वो यहाँ पर आ गई है, घटनास्थल का अवलोकन कर लिया है। अवलोकन करने के बाद अब हमारी जो टीम है इसमें लोगों को आइडेंटिफाई करके और दस्तियाबी के लिए पूरे तरीके से प्रयास कर रहे हैं। मैडम, कुछ पता चला है कितने बंदे थे, क्या था? 2 लोग आए थे, बाइक पर आए थे और उसके बाद इस प्रकार से घटना को अंजाम देके गए हैं। एक्सटॉर्शन से संबंधित मामला नज़र में आ रहा है। बाकी की जो डिटेल्स हैं वो पूरी डेवलप करने के बाद आप लोगों के साथ शेयर कर दी जाएगी। मैडम, फायरिंग तो बहुत ज़्यादा ही हुई है, सभी दुकानों के ऊपर लगभग। हमारी टीम्स हैं वो इसके ऊपर काम कर रही है और जल्दी घटना को खोल के अग्रिम जो भी सूचना होगी वो आप लोगों के साथ शेयर कर दी जाएगी।